ਮੱਲਾਵਾਲਾ ਨੇੜਲੇ ਪਿੰਡ ਬਸਤੀ ਖੁਸ਼ਹਾਲ ਸਿੰਘ ਵਾਲਾ ਵਿੱਚ ਨਾਜਰ ਸਿੰਘ ਅਤੇ ਬਲਵਾਨ ਸਿੰਘ ਦੋਹਾਂ ਦੀ ਜ਼ਮੀਨ ਦੀ ਆਪਸੀ ਵੱਟ ਸਾਂਝੀ ਹੈ, ਜਿਸ ਤੇ ਪਿਛਲੇ ਲੰਬੇ ਸਮੇਂ ਤੋਂ ਦੋਹਾਂ ਦਾ ਕਿਸੇ ਨਾ ਕਿਸੇ ਗੱਲ ਤੋਂ ਲੈ ਕੇ ਵਿਵਾਦ ਚੱਲ ਰਿਹਾ ਹੈ। ਬੀਤੇ 3 ਅਪ੍ਰੈਲ ਨੂੰ ਇਸ ਵਿਵਾਦ ਦੇ ਚੱਲਦੇ ਦੋਹਾਂ ਧਿਰਾਂ ਦੇ ਵਿੱਚ ਆਪਸੀ ਝਗੜਾ ਹੋਇਆ ਸੀ ਅਤੇ ਬਲਵਾਨ ਸਿੰਘ ਧਿਰ ਦੇ ਵੱਲੋਂ ਨਾਜਰ ਸਿੰਘ ਦੇ ਨਾਲ ਕਾਫੀ ਕੁੱਟਮਾਰ ਕੀਤੀ ਗਈ ਸੀ, ਜਿਸ ਦੇ ਚੱਲਦੇ ਨਾਜਰ ਸਿੰਘ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਸੀ, ਜਿੱਥੋਂ ਉਹਨੂੰ ਫਰੀਦਕੋਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬਲਵਾਨ ਸਿੰਘ ਕਾਂਗਰਸ ਦਾ ਮੌਜੂਦਾ ਸਰਪੰਚ ਹੈ ਅਤੇ ਵਿਧਾਇਕ ਜ਼ਿਲ੍ਹੇ ਦਾ ਨੇੜੇ ਦਾ ਸਾਥੀ ਹੈ, ਜਿਸ ਕਾਰਨ ਪੁਲਿਸ ਦੁਆਰਾ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰਿਵਾਰਕ ਮੈਂਬਰਾਂ ਦੁਆਰਾ ਮ੍ਰਿਤਕ ਦੀ ਡੈੱਡ ਬਾਡੀ ਨੂੰ ਥਾਣਾ ਮੱਲਾਵਾਲਾ ਸਾਹਮਣੇ ਰੱਖ ਕੇ ਤਾਣਾ ਦਿੱਤਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਦੋਸ਼ੀ ਬਲਵਾਨ ਸਿੰਘ ਕਾਂਗਰਸੀ ਸਰਪੰਚ ਦੇ ਖਿਲਾਫ ਦਫਾ 302 ਦਾ ਮਾਮਲਾ ਦਰਜ ਕੀਤਾ ਜਾਵੇ, ਜਦਕਿ ਪੁਲਿਸ ਸਿਆਸੀ ਸ਼ੈ ਉੱਪਰ 326 ਧਾਰਾ ਲਾ ਕੇ ਮਾਮਲਾ ਦਬਾਉਣਾ ਚਾਹੁੰਦੀ ਹੈ। ਤੇਗ ਬਹਾਦਰ ਜੀ, ਮੈਂ ਸਾਬਕਾ ਸਰਪੰਚ ਹਾਂ ਜੀ। ਜੋ ਕਿ ਇਹ ਘਟਨਾ ਹੋਈ ਹੈ, ਮੇਰੇ ਚਾਚਾ ਜੀ ਸੀ ਸਰਦਾਰ ਨਾਜਰ ਸਿੰਘ ਜੀ, ਜੋ ਕਿ ਇਹਨਾਂ ਦਾ ਜ਼ਮੀਨੀ ਝਗੜਾ ਅੱਜ ਤੋਂ ਪਹਿਲਾਂ ਵੀ ਚੱਲ ਰਿਹਾ ਸੀ, ਵੀ ਇਹਦੇ ਵਿੱਚ ਜ਼ਮੀਨ ਬੰਤਾ ਸਿਉਂ ਅਤੇ ਨਾਲ ਇਹਦਾ ਝਗੜਾ ਸੀ ਨਾਜਰ ਸਿਉਂ ਦਾ, ਅਤੇ ਜਿਸ ਦੇ ਵਿੱਚ ਸਰਪੰਚ ਮੌਜੂਦਾ ਕਾਂਗਰਸ ਦਾ ਬਲਵੰਤ ਸਿੰਘ ਵੀ ਜਿਹਨੇ ਜ਼ਮੀਨ ਇਹਦੀ 'ਤੇ ਕਬਜ਼ਾ ਕੀਤਾ, ਨਜਾਇਜ਼ ਧੱਕੇ ਨਾਲ ਕਬਜ਼ਾ ਕੀਤਾ ਅਤੇ ਪੁਲਿਸ ਨੇ ਕਰਵਾਇਆ ਗਿਆ, ਉੱਥੇ ਲੜਾਈ ਹੋਈ ਜੀ, ਜੋ ਵੀ ਇਹਦੇ ਸੱਟਾਂ ਮਾਰੀਆਂ ਗਈਆਂ ਬਲਵੰਤ ਸਿੰਘ ਵੱਲੋਂ, ਅਤੇ ਉਹਨਾਂ ਦੇ ਕਾਰਨ ਇਹਨਾਂ ਦੀ ਮੌਤ ਹੋ ਗਈ ਆ, ਜਿਨ੍ਹਾਂ ਦੇ ਕਰਕੇ ਉਹਨਾਂ 'ਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਪੁਲਿਸ ਨੇ, ਅਤੇ ਦੂਜਾ ਉਲਟਾ ਸਾਡੇ 'ਤੇ, ਮੇਰੇ ਚਾਚਾ ਜੀ 'ਤੇ ਅਤੇ ਮੇਰੀ ਚਾਚੀ ਜੀ 'ਤੇ, ਅਤੇ ਇੱਕ ਬੰਦਾ ਬਿਨਾਂ ਕਿਸੇ ਜਾਣ ਪਛਾਣ ਤੋਂ ਮੁਕੱਬਰਾਂ ਪਿੰਡ ਦਾ ਪਾਇਆ ਗਿਆ ਜੀ, ਉਹ ਵੀ MLA ਦੀ ਸ਼ਹਿ 'ਤੇ, ਜੋ ਵੀ ਇਹਨਾਂ ਨੇ ਧੱਕੇ ਨਾਲ ਪਾ ਕੇ ਬਾਅਦ ਵਿੱਚ ਜੀ ਇਹਨਾਂ ਦੇ ਦਾਖਲ ਹੋਏ ਫਿਰੋਜ਼ਪੁਰ, ਇਹਨਾਂ 'ਤੇ ਜਾ ਕੇ ਦੂਜੀ ਹੱਥਕੜੀਆਂ ਲਾਈਆਂ ਗਈਆਂ ਜੀ ਮੰਜੇ 'ਤੇ ਦਾਖਲ ਦੇ ਵਿੱਚ ਹੀ। ਅਤੇ ਜਦੋਂ ਅਸੀਂ SHO ਸਾਹਿਬ ਨੂੰ ਪੁੱਛਿਆ ਵੀ ਇਹ ਕੀ ਕਾਰਨ ਆ, ਅਤੇ ਕਹਿੰਦਾ ਜੀ ਇੱਥੇ ਬੰਦੀ ਪਾਈ ਹੋਈ ਆ, ਜਿੱਦਣ ਇਹਦੇ ਦੀ ਇਹਨਾਂ ਨੂੰ ਉਹਨਾਂ ਨੇ ਕਰੋਨਾ ਕਹਿ ਕੇ ਅਤੇ ਫਰੀਦਕੋਟ ਰੈਫਰ ਕਰ ਦਿੰਦੇ ਆ, ਉੱਥੇ ਜਾ ਕੇ ਅਸੀਂ ਰਿਪੋਰਟ ਕਰਾਉਂਦੇ ਹਾਂ ਜੀ, ਉਹ ਨੈਗੇਟਿਵ ਆਉਂਦੀ ਆ, ਉਦੋਂ ਬਾਅਦ ਇਹਦੀ ਡੈੱਥ ਹੋ ਜਾਂਦੀ ਆ ਜੀ। ਆਣ ਕੇ ਅੱਜ ਅਸੀਂ ਥਾਣੇ ਦੇ ਵਿੱਚ ਉਹਨਾਂ ਨੂੰ ਪੁੱਛਿਆ ਵੀ ਇਹਨਾਂ 'ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ, ਅਤੇ SHO ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ। ਇਸ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਵੀ ਸਾਡੇ ਨਾਲ ਜੋ ਵੀ ਉਹਨਾਂ 'ਤੇ ਬਣਦੀ ਕਾਰਵਾਈ, ਅਤੇ ਦੂਜੇ ਨੰਬਰ 'ਤੇ ਸਾਡਾ ਬੋਰ ਦਾ ਸਮਾਨ ਚੋਰੀ ਕਰਕੇ ਲੈ ਗਿਆ ਮੌਜੂਦਾ ਸਰਪੰਚ ਕਾਂਗਰਸ ਦਾ ਯਾਰ, ਉਹ ਵੀ ਐਡੀ ਘਟੀਆ ਹਰਕਤ, ਨਾਲੇ ਸਾਡੀ ਪਹਿਲੀ ਵਾਰੀ, ਨਾਲੇ ਸਾਡਾ ਬੋਰ ਦਾ ਸਮਾਨ ਲੈ ਗਿਆ ਚੋਰੀ ਕਰਕੇ। ਇਸ ਕਰਕੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਵੱਡੇ ਉੱਚ ਅਧਿਕਾਰੀ ਆਏ ਆ, ਅਸੀਂ ਇਹੋ ਹੀ ਮੰਗ ਕਰਦੇ ਹਾਂ ਵੀ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ। ਅਤੇ ਅੱਜ ਸਾਨੂੰ 3 ਦਿਨ ਹੋ ਗਏ ਬੈਠਿਆਂ ਨੂੰ ਥਾਣੇ ਦੇ ਮੂਹਰੇ, ਠੀਕ ਆ ਨਾ, ਅੱਜ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਸਾਡੇ ਛੋਟੇ ਭਰਾ ਦੇ ਨਾਲ ਅੱਜ ਤੁਹਾਨੂੰ ਸਭ ਨੇ ਆਹ ਲਾਸ਼ ਦੇਖੋ ਪਈ ਜਾ ਜੀ, ਮੇਰੇ ਛੋਟੇ ਭਰਾ ਨਾਜਰ ਸਿੰਘ ਦੀ ਇੱਕ ਧੱਕੇ ਸ਼ਾਹੀ ਇੰਨੀ ਜ਼ਬਰਦਸਤ, ਇਹ ਪੁਲਿਸ ਪ੍ਰਰਾਜ ਸਿੰਘ ਜਿਹੜਾ ਥਾਣੇਦਾਰ ਆ ਨਾ, ਇਹਨੇ ਸਿਰਫ ਆਪਣੀ ਗੇਜ ਗਰਮ ਕਰਨ ਵਾਸਤੇ ਪਤਾ ਨਹੀਂ ਨੇਕਾਂ ਪੈਸੇ ਲੈ ਜੀ, ਇੰਨੇ ਪੈਸੇ ਲੈ ਚੁੱਕਿਆ ਉਹਨਾਂ ਤੋਂ ਕਿ ਇਹ ਇਨਸਾਫ ਦੇ ਬੋਰਾ ਵੀ ਕੰਧ ਨਹੀਂ ਚੁੱਕ ਰਿਹਾ ਜੀ। ਸਾਨੂੰ ਮਜਬੂਰੀ ਦੇ ਨਾਲ ਇੱਥੇ ਬੰਨ ਕੇ ਧੱਕਾ ਨਾਲ ਇਹਨੇ ਬਿਠਾਇਆ ਜੀ। 3 ਦਿਨ ਹੋ ਗਏ, ਸਾਡਾ ਜੀ ਨਹੀਂ ਕਰਦਾ ਬੱਚੇ ਘਰੋਂ ਨਿੱਕੇ ਨਿੱਕੇ ਛੱਡ ਕੇ ਤੂਫਾਨਾਂ ਦੇ ਵਿੱਚ ਬਈਏ। 3 ਵਾਰੀ ਸਾਡਾ ਟੈਂਪੂ ਹੀ ਟੁੱਪ ਗਿਆ ਇਸ ਤੋਂ, ਸਾਡਾ ਤੰਬੂ ਆ, 3 ਵਾਰੀ ਰਾਤ ਡਿੱਗਾ ਜੀ, ਅਤੇ ਅਸੀਂ ਰਾਤ ਸਾਰੀ ਰਾਤ ਮੀਂਹ ਤਾਂ ਹਨੇਰੀ ਦੇ ਵਿੱਚ ਬੈਠੇ ਰਹੇ ਜੀ। ਇੰਨੀ ਸਾਡੀ ਨਾਲ ਇਹਨੇ ਧੱਕਾ ਕਰਨ ਡਿਆ ਜੀ ਵੀ ਕਹਿਣ ਵਾਲੀ ਗੱਲ ਨਹੀਂ, ਇਹੋ ਜਿਹੇ ਬੰਦੇ ਨੂੰ ਤੁਰਤ ਸਸਪੈਂਡ ਕਰ ਦੇਣਾ ਚਾਹੀਦਾ, ਇਹੋ ਜਿਹਾ ਬੰਦਾ ਇੱਥੇ ਮੱਲਾਂ ਵਾਲੇ ਵਿੱਚ ਚਾਹੀਦਾ ਨਹੀਂ ਗਾ ਜੀ। ਵੇਖੋ ਇਹਨੇ ਇੱਕ ਸਿਰਫ ਜੇ ਵੀ ਦਿਸਦਾ ਜੀ, ਆਪਣੀ ਹੋਰ ਗੱਲ ਹੀ ਨਹੀਂ ਦਿਸਦਾ, ਇੱਕ ਹਾਂਜੀ ਬਲਰਾਜ ਸਿੰਘ ਦੇਖੋ ਜੀ, ਨੌਜਵਾਨ, ਦੋ ਦੀਆਂ ਨੌਂ ਤਾਏ ਦੀਆਂ, ਸਰਦਾਰ ਨਾਜਰ ਸਿੰਘ ਨੇ, ਮੈਂ ਉਹਨਾਂ ਦਾ ਬੇਟਾ ਗੁਰਜੰਟ ਸਿੰਘ ਜੀ। ਸਾਡੀ ਲੜਾਈ ਹੋਈ ਹੈ ਜੀ 3 ਤਰੀਕ ਦੀ ਪਿੰਡ ਬਲਵੰਤ ਸਿੰਘ ਬਸਤੀ ਖੁਸ਼ਹਾਲ ਸਿੰਘ ਵਾਲੀ ਤੋਂ, ਸਾਡੀ ਵਟਣ ਲੱਗਦੀ, ਮੌਜੂਦਾ ਸਰਪੰਚ ਹੈ ਜੀ ਉਹ, ਇਹਨਾਂ ਨਾਲ ਸਾਡੀ ਲੜਾਈ ਹੋਈ ਹੈ ਜੀ। ਇਹ ਚਾਰੇ ਪਿਓ ਪੁੱਤ, ਚਾਚਾ ਇਹਦਾ ਬਲਵੰਤ ਸਿੰਘ ਦਾ ਭਰਾ ਅਤੇ ਬਲਵੰਤ ਸਿੰਘ ਦੇ ਦੋਵੇਂ ਮੁੰਡੇ, ਚਾਰੇ ਜਾਣੇ ਇਹ ਗੱਲ ਪਏ ਆ ਜੀ ਮੇਰੇ ਪਿਓ ਦੇ, ਇਹਨਾਂ ਨੇ ਸੱਟਾਂ ਮਾਰੀਆਂ ਜੀ। ਉਦੋਂ ਬਾਅਦ 'ਚ ਆਪ ਵੀ ਇਹ ਦਾਖਲ ਹੋਏ ਆ ਜੀ, ਅਸੀਂ ਫਿਰੋਜ਼ਪੁਰ ਦਾਖਲ ਹੋਏ ਹਾਂ ਜੀ। ਫਿਰੋਜ਼ਪੁਰ ਅਸੀਂ 13 ਤਰੀਕ ਤੱਕ ਰਹੇ ਹਾਂ, 13 ਤਰੀਕ ਤੋਂ ਬਾਅਦ ਤਬੀਅਤ ਜ਼ਿਆਦਾ ਵਿਗੜਨ ਕਰਕੇ ਅਸੀਂ ਮੈਡੀਕਲ ਫਰੀਦਕੋਟ ਸ਼ਿਫਟ ਹੋਏ ਹਾਂ ਜੀ, ਉੱਥੋਂ ਰੈਫਰ ਹੋ ਗਏ ਸੀ ਉੱਥੋਂ। ਇਹ 2 ਦਿਨਾਂ ਬਾਅਦ 'ਚ ਛੁੱਟੀ ਲੈ ਕੇ ਘਰ ਆ ਗਏ ਆ ਜੀ, ਘਰੋਂ ਆ ਕੇ ਇਹਨਾਂ ਨੇ ਆ ਕੇ ਬਾਅਦ 'ਚ ਇਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੇ ਪੈਲੀ ਵਾਹੀ ਆ ਜੀ ਉਹ, ਉਦੋਂ ਛੁੱਟੀ ਲੈ ਹਸਪਤਾਲਾਂ ਛੁੱਟੀ ਲੈ ਕੇ, ਉਦੋਂ ਬਾਅਦ 'ਚ ਇਹਨਾਂ ਨੇ ਸਾਡੀਆਂ ਬੋਰ ਆ ਮੋਟਰਾਂ ਜਿਹੜਾ ਮਤਲਬ ਕਿ ਡਿਲੀਵਰੀ ਸਭ ਚੋਰੀ ਕਰਕੇ ਲੈ ਗਏ ਜੀ ਇਹ, ਉਹ ਮਤਲਬ ਉੱਥੇ ਨਾਂ ਨਿਸ਼ਾਨ ਹੀ ਨਹੀਂ ਰਹਿਣ ਦਿੱਤਾ ਜੀ ਇਹਨਾਂ ਨੇ। ਪਰਚਾ ਜਿਹੜਾ ਇਹਨਾਂ ਨੇ ਆਪਦਾ ਜਿਹੜਾ ਸੀਗਾ 26 ਵਾਲਾ ਸਾਡੇ 'ਤੇ ਕਰਾ ਦਿੱਤਾ ਜੀ, ਵਿੱਚ ਮੇਰੀ ਮਾਤਾ ਦਾ ਨਾਂ ਨਜਾਇਜ਼ ਜਿਹੜਾ ਪਵਾਇਆ, 2 ਬੰਦੇ ਹੋਰ ਨਜਾਇਜ਼ ਜਿਹੜੇ ਮਤਲਬ ਕਿ
है ही नहीं सी जिहड़े नाल ते प्यो ते तां नजायज़ है ही है ना जी इहदे च इह शामिल ही है नहीं सी जिहड़े बंदे ਉਹ ਪਵਾ ਦਿੱਤੇ ਜੀ ਪੁਲਿਸ ਸਾਡੇ ਘਰ ਰੇਡਾਂ ਮਾਰਨ ਲੱਗ ਪਈ ਜੀ ਅਸੀਂ ਘਰ ਛੱਡ ਤਾ ਜੀ ਘਰੋਂ ਅਸੀਂ ਬੇਕਾਰ ਹੋ ਗਏ ਪਿਓ ਹਸਪਤਾਲ 'ਚ ਦਾਖਲ ਸੀ ਅਸੀਂ ਉੱਧਰ ਜਾਣਾ ਪੈ ਗਿਆ ਸਾਨੂੰ ਸਾਰੇ ਪਾਸੇ ਸਾਡਾ ਇਹਨਾਂ ਨੇ ਮਤਲਬ ਕਿ ਖਿਲਾਰਾ ਪਵਾ ਤਾ ਜੀ ਪ੍ਰਸ਼ਾਸਨ ਤੋਂ ਕੋਈ ਅਸੀਂ ਸਾਡੀ ਆਪਦੀ ਜਿਹੜੀ ਕੋਈ ਖਾਸ ਡਿਮਾਂਡ ਤਾਂ ਹੈ ਨਹੀਂ ਸਾਡੀ ਇਨਸਾਫ ਦੀ ਡਿਮਾਂਡ ਹੀ ਹੈ 3 ਤਰੀਕ ਤੋਂ ਲੈ ਕੇ ਸਾਡੀਆਂ ਉੱਥੋਂ 4 ਤਰੀਕ ਦੀਆਂ MLR ਰਿਪੋਰਟਾਂ ਡਾਕਟਰ ਦੀਆਂ ਰਿਪੋਰਟਾਂ ਐਕਸਰੇ ਰਿਪੋਰਟਾਂ ਇਹਨਾਂ ਕੋਲ ਆਈਆਂ ਪੁਲਿਸ ਨੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ 3 ਤਰੀਕ ਦੀ ਗੱਲ ਹੈ ਜੀ ਇਹ 30 ਤਰੀਕ ਨੂੰ ਮੇਰੇ ਪਿਓ ਦੀ ਡੈਥ ਹੋ ਜਾਂਦੀ ਆ ਅਸੀਂ ਇੱਥੇ ਆਉਂਦੇ ਇਹਨਾਂ ਕੋਲ ਇਹਨਾਂ ਕੋਲੋਂ ਆ ਕੇ ਅਸੀਂ ਆਪਦਾ ਜੋ ਅਸੀਂ ਮੰਗਦੇ ਹਾਂ ਇਹਨਾਂ ਕੋਲੋਂ ਵੀ ਕਾਰਵਾਈਆਂ ਕਰੋ ਸਾਨੂੰ ਸਵੇਰ ਦਾ 9-10 ਵਜੇ ਦਾ ਬਿਠਾ ਕੇ ਸ਼ਾਮ ਨੂੰ 5-5:30 24 ਦੀ ਸਾਨੂੰ ਕਾਰਵਾਈ ਕਰਕੇ ਅਤੇ ਸਾਨੂੰ ਹੱਥ 'ਚ ਫੜਾ ਦਿੰਦੇ ਆ ਵੀ ਆਹ ਤੁਹਾਡਾ ਪਰਚਾ ਬਣਦਾ ਅਸੀਂ ਇੱਥੇ ਮਜਬੂਰਨ ਧਰਨਾ ਲਾ ਦਿੰਦੇ ਹਾਂ ਜੀ 1.5 ਘੰਟੇ ਬਾਅਦ 26 ਦੀ ਰਿਪੋਰਟ ਵਾਧਾ ਕਰਕੇ ਸਾਨੂੰ ਦੇ ਦਿੰਦੇ ਆ ਵੀ ਤੁਹਾਡਾ ਅਸੀਂ 26 ਦਾ ਵਾਧਾ ਕਰ ਦਿੱਤਾ ਅਤੇ ਤੁਸੀਂ ਆਹ ਲੈ ਜਾਓ ਅਸੀਂ ਜਦੋਂ ਸਾਡਾ ਬੰਦਾ ਹੀ ਡੈਥ ਹੋ ਗਈ ਸਾਡੇ ਬੰਦੇ ਦੀ ਇਹਨਾਂ ਕਾਰਨਾਂ ਕਰਕੇ ਇਹਨਾਂ ਵਜ੍ਹਾ ਦੇ ਕਰਕੇ ਸਾਡੇ ਬੰਦੇ ਦੀ ਡੈਥ ਹੋਈ ਹੈ ਅਸੀਂ ਇਹਦੇ ਵਿੱਚ 302 ਦਾ ਵਾਧਾ ਕਰਾਉਣਾ ਚਾਹੁੰਦੇ ਹਾਂ ਜੀ ਜਿੰਨਾ ਚਿਰ ਸਾਡਾ ਇਹ ਨਹੀਂ ਨਿਬੜਦਾ ਅਸੀਂ ਉਹਨਾਂ ਚਿਰ ਇੱਥੋਂ ਨਹੀਂ ਹਿੱਲਣਾ ਇਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਪੈਲੀ ਵਾਹੀ ਹੈ ਅਤੇ ਜਦੋਂ ਇਹਨਾਂ ਨੇ ਆਪਣੇ ਬੋਰ ਪੁੱਟੇ ਆ ਅਸੀਂ ਉਦੋਂ ਇੱਥੇ ਥਾਣੇ ਦੇ ਵਿੱਚ ਇਕੱਠੇ ਹਾਂ ਸਾਰੀ ਪੰਚਾਇਤ ਇਹ ਬਸਤੀ ਖੁਸ਼ਹਾਲ ਸਿੰਘ ਵਾਲੇ ਦੀ ਅਤੇ ਸਾਡੇ ਪਿੰਡ ਦੀ ਇਕੱਠੀ ਹੋਈ ਹੈ ਅਸੀਂ ਇਹਨਾਂ ਨੂੰ ਕੁਛ ਵੀ ਨਹੀਂ ਆਖਿਆ ਸੀ ਸਿਰਫ ਇਹਨਾਂ ਨੂੰ ਇੰਨੀ ਗੱਲ ਆਖੀ ਵੀ ਤੁਸੀਂ ਸਾਨੂੰ ਤੁਹਾਡੀ ਪੰਚਾਇਤ 'ਚੋਂ ਕੋਈ ਬੰਦਾ ਸਹੁੰ ਦੇ ਦੇਵੇ ਆਜਕਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।